ए आकाशवाणी जम्मू है बडला खबरीन च तुंदा स्वागत पहले खास खास खबरें कने मैं विजय बजाज लेफ्टिनेंट गवर्नर उन सलाहकार राजीव राय भटनागरो ने जम्मू कश्मीर महिला विकास निगम दे डायरेक्टरिन दे बोर्ड दी 27वीं बैठक दी प्रधानता की थी आक्या ਜੇ ਜੰਮੂ ਕਸ਼ਮੀਰ ਦੇ ਪੂਰੇ ਪ੍ਰਾਤੇ ਵਿਕਾਸ ਕੀ ਯਕੀਨੀ ਬਣਾਉਣੇ ਲਈ ਮਹਿਲਾਇਆਂ ਗੀ ਸਸ਼ਕਤ ਬਣਾਨਾ ਅਤਿ ਲਾਜ਼ਮੀ ਹੈ। ਪ੍ਰਦੇਸ਼ ਕਾਰਜਕਾਰੀ ਕਮੇਟੀ ਨੇ ਪ੍ਰਦੇਸ਼ ਆਪਦਾ ਰਾਤ ਖੋਜ ਚ 28 ਕਰੋੜ ਰੁਪਏ ਲਾਟ ਕਰਨੇ ਤੇ ਸਮਰੱਥਾ ਬਦਾਨੇ ਸਰਬੰਦੀ ਪਹਿਲ ਕਦਮੀਆਂ ਗੀ ਮਨਜ਼ੂਰੀ ਦੇ ਦਿੱਤੀ ਹੈ। 2014 ਕੋ ਲਈ ਹੈ ਉਹਨੇ ਤਗਰ ਪਰਤ ਦੇ ਰੱਖਸ਼ਾ ਨਿਰਿਆਤ ਚ 3 ਗੁਣਾ ਵਧਾ ਹੋਇਆ ਪਿਛਲੇ ਮਾਲੀ ਬਰੇ ਦਰਾਨ ਸਭਨੇ ਸ਼ਮਤਾ 16000 ਕਰੋੜ ਰੁਪਏ ਦਾ ਨਿਰਿਆਤ ਭਾਰਤ ਨਾ ਕੀਤਾ। ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਹੋਰੇ ਇਸ ਬਰੇ ਦੀ ਯਾਤਰਾ ਲਈ ਤਿਆਰੀਆਂ ਦੀ ਸਮੀਖਿਆ ਕੀਤੀ ਯਾਤਰਾ ਗੀਰ ਮਾਨਦਾਰੀ ਤੇ ਬਵਸਥਾ ਲੇ ਟੰਗ ਅਸਿਰ ਤੋੜ ਚਾੜਨੇ ਲਈ ਆਪੂੰ ਚੈ ਨੇੜਮਾ ਤਾਲਮੇਲ ਬਣਾਈਏ ਕੰਮ ਕਰਨੇ ਪਰ ਜ਼ੋਰ ਦਿੱਤਾ ਹੈ ਤੇ ਸੰਸਕ੍ਰਿਤ ਤੇ ਡੋਗਰੀ ਦੇ ਵਿਦਵਾਨ ਪਦਮ ਸ਼੍ਰੀ ਵੇਦ ਕੁਮਾਰੀ ਖੈਯੁੰਦਾ ਕਾਲੋਈ ਕੀ ਹੈ ਖਬਰਾਂ ਦੀ ਤਫਸੀਲ ਕਰਨਾ ਹੈ ਜਗਮੋਹਨ ਸ਼ਰਮਾ ਲੈਫਟਨਰ ਗਵਰਨਰ ਹੁੰਦੇ ਸਲਾਹਕਾਰ ਰਾਜੀਵ ਰਾਏ ਭਟਨਾਗਰ ਹੋਰੇ ਜੰਮੂ ਕਸ਼ਮੀਰ ਮਹਿਲਾ ਵਿਕਾਸ ਕਾਰਪੋਰੇਸ਼ਨ ਦੇ ਡਾਇਰੈਕਟਰੇਟ ਦੇ ਬੋਰਡ ਦੀ ਕੱਲ 27ਵੀਂ ਬੈਠਕ ਦੀ ਪ੍ਰਧਾਨਤਾ ਕੀਤੀ ਬੈਠਕ ਦੌਰਾਨ ਜੰਮੂ ਕਸ਼ਮੀਰ ਚ ਮਹਿਲਾਵਾਂ ਦੇ ਵਿਕਾਸ ਤੇ ਕਲਿਆਣ ਕਰਨੇ ਸਰਬੰਧਿਤ ਰਣਨੀਤੀਆਂ ਤੇ ਪਹਿਲ ਕਦਮੀਆਂ ਪਰ ਵੀ ਚਰਚਾ ਕੀਤੀ ਗਈ ਸਲਾਹਕਾਰ ਭਟਨਾਗਰ ਹੋਰੇ ਬਖ-ਬਖ ਵਰਗੇ ਥਮਾ ਆਉਣ ਵਾਲੀਆਂ ਮਹਿਲਾਵਾਂ ਦੇ ਸਸ਼ਕ ਦੀ ਕਰਨ ਲਈ ਪੂਰੀ ਸਮਰਪਿਤ ਪਾਵਨਾ ਕਰਨੇ ਯਤਨ ਕੀਤੇ ਜਾਣ ਦੀ ਜ਼ਰੂਰਤ ਪਰ ਜ਼ੋਰ ਪਾਇਆ ਤਾਂ ਜੋ ਮਹਿਲਾ ਵੀ ਸਮਾਜ ਚ ਆਰਥਿਕ ਆਜ਼ਾਦੀ ਹਾਸਲ ਕਰੀਏ ਬਰਾਬਰ ਦਾ ਯੋਗਦਾਨ ਦੇ ਸਕਣ ਉਹਨੇ ਖਿੱਤੇ ਚ ਮਹਿਲਾ ਅਗੇ ਦਰਪੇਸ਼ ਟਕੋਦੀ ਚੁਣੌਤੀਆਂ ਯ ਹਲ ਕਰਨੇ ਲਈ ਵਿਆਪਕ ਕਾਰਜਕ੍ਰਮ ਤੇ ਪਹਿਲ ਕਦਮੀਆਂ ਰੰਬਨੇ ਦੀ ਜ਼ਰੂਰਤ ਪਰ ਵੀ ਜ਼ੋਰ ਪਾਇਆ ਤੇ ਆਖਿਆ ਤੇ ਇਹ ਕਰਨੇ ਕੰਨੇ ਜੇ ਮੁਕਸ਼ਮੀਰ ਦਾ ਵੀ ਪੂਰਾ ਪ੍ਰਾਤਾ ਵਿਕਾਸਯਾ ਕੀ ਨਹੀਂ ਬਣੋਗਾ ਸਲਾਹਕਾਰੋ ਨੇ ਮਤੀਸ਼ਾ ਮਤੀ ਮਹਿਲਾਇ ਕੇ ਜੇ ਮੁਕਸ਼ਮੀਰ ਮਹਿਲਾ ਵਿਕਾਸ ਕਾਰਪੋਰੇਸ਼ਨ ਦੇ ਦਾਇਰੇ आपदा प्रबंधन रात आबादकारी पुनर्निर्माण महकमे दे प्रदेश कार्यकारी कमेटी ने राज्य आपदा प्रतिक्रिया कोष एसडीआरएफ ले फंड अलॉट करने, करने प्रस्ताव पर चर्चा की मौजूदा माली बरे लिए डिप्टी कमीष्नरें दौ डिवीजनल कमीशनरें की ठाई करोड़ रुपए की रकम जारी करने की भी मंजूरी दी भारत के रक्षा निर्यात सदा को मते हो गए नो हजार तेरह चौदह च यह निर्यात जिथे छह सौ छियासी करोड़ पे हे उ दो हजार बई त्रई च ए रक्षा निर्यात तकरीबन सोलह हजार करोड़ रप तक पुजी गए हैं रक्षा निर्यातें चे त्रई गुना बाधा इस क्षेत्र च भारत की तरक्की दर्शाता है अतपाद पचासी शा मते मुल्खे की निे की जा इस उपलब्धि कारत रक्षा उद्योग ने पूरी दुनिया की अपनी समर्थ का वाकफ करवाई भारत सो फार्मा रक्षा उत्पादें का करा कर दिया ना। भारत की कद दुनिया च रक्षा उपकरण आयात करने आला मुल्क मने जन्दा हा। पर उन भारत रक्षा उपकरण दे निर्यात आला मुल्क बनी गए अत डनियर दौ सौ ਠਾਈ ਜਾਜ ਬ੍ਰਹਮੋਸ ਮਿਸਾਈਲੇ ਪਿਨਾਕਾ ਰਾਕਟੇ ਰਡਾਰ ਬਖਤਰਬੰਦ ਗੱਡੀਆਂ ਤੇ ਹੋਰ ਨੇ ਵੀ ਕਈਆਂ ਉਪਕਰਨੇ ਤੇ ਥਿਆਰੇ ਦਾ ਨਿਰਯਾਤ ਕੀਤਾ ਜਾ ਕਰਦਾ ਹੈ ਭਾਰਤ ਆਸਿਆ ਆਪੂ ਬਣਾਏ ਗਏ ਦੇ ਐਲਸੀਏ ਤੇਜਸ ਔਲੇ ਲੜਾ ਕੁਹਲੀਕਾਪਟਰ ਵਗੈਰਾ ਦੀ ਮੰਗ ਵੀ ਆਲਮੀ ਸਤਾ ਉਪਰ ਮਤੀ ਬਦਾ ਕਰਦੀ ਹੈ ਸਕੂਲੀ ਸਿੱਖਿਆ ਮਹਿਕਮੇ ਦੇ ਨਿਦੇਸ਼ਕ ਅਸ਼ੋਕ ਕੁਮਾਰ ਸ਼ਰਮਾ ਹੋਰੇ ਜੰਮੂ ਪ੍ਰਾਂਤਾ ਦੇ ਰਿਆਸੀ ਕਠੂਆ ਜੰਮੂ ਤੇ ਕਿਸ਼ਤਵਾੜ ਜ਼ਿਲ੍ਹੇ ਚ ਸਕੂਲ ਪੜ੍ਹਨੇ ਵਾਲੀ ਕੁੜੀਆਂ ਗੀ ਦੇਣ ਲਈ 100 ਮੁਫਤ ਲੈਪਟਾਪ ਵੰਡੇ ਜੰਮੂ ਦੇ ਮੁਬਾਰਕ ਮੰਡੀਆ ਹਾਇਰ ਸੈਕੰਡਰੀ ਸਕੂਲ ਚ ਲਵਾਏ ਗਏ ਦੇ ਇੱਕ ਕਾਰਜਕ੍ਰਮ ਦੌਰਾਨ ਉਹਨੇ ਇਹ ਲੈਪਟਾਪ ਵੰਡੇ ਜਿਹੜੇ ਇਹਨੇ ਚੋਨੇ ਜ਼ਿਲ੍ਹੇ ਚ ਪੰਜੀ ਪੰਜੀ ਕੁੜੀਆਂ ਗੀ ਦਿੱਤੇ ਜਾਣਗਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਆਸਿਆ ਕੁੜੀਆਂ ਚ ਸੂਚਨਾ ਪ੍ਰੌਦਯੋਗਿਕੀ ਤੇ ਡਿਜੀਟਲ ਸਿੱਖਿਆ ਬਾਰੇ ਜਾਗਰੂਕਤਾ ਤੇ ਦਿਲਚਸਪੀ ਪੈਦਾ ਕਰਨ ਲਈ ਸ਼ੁਰੂ ਕੀਤੇ ਗਏ ਦੇ ਵਿਸ਼ੇਸ਼ ਕਾਰ ਕ੍ਰਮ ਤਾਤ ਇਹ ਲੈਪਟਾਪ ਬੰਡੇ ਜਾ ਕਰ ਦੇਨਾ ਇਸ ਮੌਕੇ ਡਾਇਰੈਕਟਰ ਉਹ ਯਾਂਖਿਆ ਜਿਸ ਮੀਮ ਦਾ ਮਕਸਦ ਕੁੜੀਆਂ ਕੀ ਵੀ ਅਜਾ ਦੇ ਦੌਰ ਚ ਡਿਜੀਟਲ ਸਿੱਖਿਆ ਸੂਚਨਾ ਪ੍ਰਤਿਯੋਗੀ ਕੀ ਤੇ ਉਹਨੇ ਡਿਜੀਟਲ ਮੰਚੇ ਬਾਰੇ ਜਾਣਕਾਰ ਬਣਾਣਾ ਹੈ ਤਾਂ ਜੋ ਉਹ ਬਿੰਦ ਦਾ ਪੂਰਾ ਪੂਰਾ ਲਾ ਹਾਸਲ ਕਰ ਦਿਓ ਜੀਵਨੈ ਚ ਅਗਰੇ ਪੱਦੀ ਸਕਣ ਇਸ ਮੌਕੇ ਮੌਜੂਦ ਅਧਿਆਪਕਾਂ ਕੀ ਸੰਬੋਧਿਤ ਕਰ ਦਿਓਈ ਅਸ਼ੋਕ ਕੁਮਾਰ ਸ਼ਰਮਾ ਉਹ ਯਾਂਖਿਆ ਜੋ ਉਹ ਵੀ ਆਪਣੇ ਆਪ ਹੈ ਕੀ ਨਵੇਂ ਦੌਰ ਦੀਆਂ ਤਕਨੀਕਾਂ ਤੇ ਤੌਰ ਤਰੀਕੇ ਕੰਨੇ ਵਾਕਫ ਤੇ ਲੈ carenam मुख्य सचिव डॉक्टर अरुण कुमार मेहता हो कल बैकमेंट के प्रमुखें कठुआ जिले च एक बैठक लाइए उतें जारी विकास कम्मे ते केंद्र सरकार पसया चलाई जा रिय योजनाएं तहत कम्मे किमें जायजा लाता डॉ मेहता हो इस मौके ग्रामीण विकास महकमें अधिकारियों पर जोर पाया जो अमृत सरोवरें निर्माण बखी टकोदा ध्यान देने के दे कोक मकामी लोकें दिए पानी संबंधी जरूरतें की भी असरदार ढंगे सिर पूरा मेहता कर बेरोजगार नौजवानों कौशल विकास योजना तैयार करने ते उन्हें की उचित सलाह मशवरा उपलब्ध कराने के निर्देश कर देता अलै दिए जरूरतें साबै अपने तैयार करिए कम रोजगार हासिल करने जोग बनी सकन मुख्य सचिव और बपार कारोबार की बढ़ावा देने सबंधी संगठन जेके जकेडीपीओ जम्मू कश्मीर बैंक जिला औद्योगिक के केंद्र पर जोर पाया जो जिला निर्यात योजना तैयार करने ਤੌਰ ਤਰੀਕੇ ਪਰ ਚਰਚਾ ਕਰਨ ਉਨੇ ਆਖੇ ਜੇ ਕਠਵਾ ਜ਼ਿਲੇ ਚ ਓਕੜੀ ਸਮਰਥ ਮੌਜੂਦ ਹੈ ਜਿਹਦੇ ਦਾਮੋ ਪਰ ਉਹ ਵਿਕਾਸ ਬਾਦੀ ਅਲੀ ਗਤੀਵਿਧੀਆਂ ਜੇ ਜੰਮੂ ਕਸ਼ਮੀਰ ਦਾ ਇੱਕ ਅਗੇ ਦਰਾ ਜ਼ਿਲਾ ਬਣ ਸਕਦਾ ਹੈ ਉਨੇ ਕਠਵਾ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਹੋਰ ਨੇ ਦਿਰਦੇਸ਼ ਦਿੱਤਾ ਜੇ ਕਠਵਾ ਜ਼ਿਲਾ ਕੀ ਨਸ਼ੀਲੇ ਪਦਾਰਥਾਂ ਦੇ ਕਵੈਚੂ ਥਮਾ ਮੁਕਤ ਬਣਾਉਣ ਲਈ ਸੋਚੀ ਸਮਝੀ ਦੀ ਇੱਕ ਰਣਨੀਤੀ ਤਹਿਤ ਕੰਮ ਕਰਨ ਸੰਸਕ੍ਰਿਤ ਡੋਗਰੀ ਤੇ ਹਿੰਦੀ ਦੀ ਵਿਦਵਾਨ ਪਦਮਸ਼੍ਰੀ ਵੇਦ ਕੁਮਾਰੀ ਗਈਉਂ ਦਾ ਕਾਲੋ ਗਿਆ कानवे बरे दिया हं पिछले किश समय कसरी चलिया हं उ उ जन्म जम्मू के प्रतापगढ़ मोहल्ले सोलह दिसंबर उन्नीस सौ कत्ती हो भाषा विद्वान होने के कोक एक गांधीवादी कार्यकरा समाज सेविका भी हियां जिने समाज के कमजोर दबोए लतड़ोए के तबकें की भलाई बेहतरी माता दो हजार चौदह चदमश्री कमानित जम्मू कश्मीर की तरफा समाज सेवा ਲੇ ਵਿਸ਼ੇਸ਼ ਸਨਮਾਨ ਸੁੰਨਿਆ ਦਾ ਤਗਮਾ ਸਾਂਸਕ੍ਰਿਤਿਕ ਖੇਤਰ ਚ ਯੋਗਦਾਨ ਲਈ ਰਾਸ਼ਟਰਪਤੀ ਸਨਮਾਨ ਡੋਗਰਾ ਰਤਨ ਅਵਾਰਡ ਤੇ ਹੋਰ ਕਈ ਸਨਮਾਨਾਂ ਸਿਲ ਨ ਅਜ਼ਾਦੀ ਕੋਲੇ ਪਹਿਲੇ ਲੋਕੀ ਉਮਰੀ ਚ ਗਏ ਉਹ ਪਾਰ ਅਜ਼ਾਦੀ ਲਈ ਸੰਘਰਸ਼ ਦੇ ਸਿਲਸਿਲੇ ਚ ਜੰਮੂ ਕਸ਼ਮੀਰ ਚ ਚੋਰੀ ਛੱਪੇ ਲਗਣ ਵਾਲੇ ਸਮਾਰੋਹ ਚ ਸ਼ਿਰਕਤ ਕਰਦੀਆਂ ਹਾਂ ਅਜ਼ਾਦੀ ਕਾ ਅਮਰਤ ਮਹੋਤਸਵ ਦੇ ਤਹਿਤ ਆਕਾਸ਼ਵਾਣੀ ਜੰਮੂ ਦੇ ਖੇਤਰੀ ਸਮਾਚਾਰ ਇਕਾਂਸ਼ ਆਸਿਆ ਤਿਆਰ ਇਕ ਕਾਰਜਕ੍ਰਮ ਚ ਉਹਨਾਂ ਦਸਿਆ ਹਾਂ ਤੇਥੇ ਹਮਸੇ ਸੀਨੀਅਰ ਲੋਕ बच्चों को तो कोई नहीं मना करता तुम जाओ गलियों में जा कर के दीवारों के ऊपर लगा दो और कविताएं वगैरह भी मैं तो यही डोगरी में या हिंदी में थोड़ा बहुत लिखती थी वही एक मुझे कविता का थोड़ी पंक्तियां वही याद हैं एक दो तो यही जे क्योंकि वो कहते थे ना अंग्रेज़ के भाई हम आज़ादी इनको देंगे तो ये आपस में लड़ेंगे तो उसी के बारे में मैंने वो एक कविता थी कि भाई तुम जाओ सही अस अपनी आप नबेड़ रह तुस अपना कौल नभाओ सही ਤੁਸੀਂ ਜਾਉਤਾ ਸਹੀ ਸਮਾਜ ਦੇ ਵੱਖ-ਵੱਖ ਵਰਗਾਂ ਕੰਨੇ ਜੁੜੇ ਦੇ ਲੋਕ ਕਿ ਡਾਕਟਰ ਵੇਦ ਕੁਮਾਰੀ ਘਈਉਂ ਦੀ ਮੌਤੀ ਪਰ ਡੂੰਗਾ ਦੁੱਖ ਪ੍ਰਗਟ ਕੀਤਾ ਹੈ ਕੇਂਦਰੀ ਮੰਤਰੀ ਡਾਕਟਰ ਜਿਤਿੰਦਰ ਸਿੰਘ ਨੇ ਡਾਕਟਰ ਘਈਉਂ ਦੇ ਪੂਰੇ ਹੋ ਜਾਣੇ ਪਰ ਦੁੱਖ ਜਾਰ ਕਰਦੇ ਹੋਇਆ ਕਿ ਆਖਿਆ ਜੁੰਦਾ ਜੀਵਨ ਮੇਰੇ ਸਨੇ ਸਾਹਿਤ ਦੇ ਖੇਤਰ ਦੀਆਂ ਤਰੋਂ ਪੀੜ੍ਹੀਆਂ ਕੀ ਪ੍ਰੇਰਿਤ ਕਰਦਾ ਹੈ ਤੇ ਅੱਗੇ ਵੀ ਕਰਦਾ ਰਹੂ ਉਹ ਉੰਦਾ ਕੀਰੀ ਸੰਸਕਾਰ ਅੱਜ ਬੜ ਲੈ 10 ਵਜੇ ਜੰਮੂ ਦੇ 66 ਮਤਲੇ ਸ਼ਮਸ਼ਾਨ ਘਾਟ ਉਪਰ ਕੀਤਾ ਜਾਖੀ ਖਬਰਾਂ ਤੋਂ ਆਕਾਸ਼ਵਣੀ ਜੰਮੂ ਪ੍ਰਸਾ ਸੁਣਾਉਂਦੇ ਹਾਂ ਬਾਕੀ ਦੀਆਂ ਖਬਰਾਂ ਕਰਨੇ ਵਿਜੇ ਬਜਾਜ ਲੈਫਟਨੈਂਟ ਗਵਰਨਰ ਹੁੰਦੇ ਪ੍ਰਧਾਨ ਸਰਜੀਵ ਤੇ ਸ਼੍ਰੀ ਅਮਰਨਾਥ ਜੀ ਸ਼੍ਰੈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਕਟਰ ਮਨਦੀਪ ਪੰਡਾ ਰਿਓਰੇ ਕੱਲ ਬਾਲਟਾਲਾਲੇ ਸ਼ਿਵਰਦਾ ਦੌਰਾ ਲਾਏ ਉਤੁਆ ਇਸ ਬਰੇ ਦੀ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਲਈ ਕੀਤੇ ਗਏ ਦੇ ਬੰਦੋਬਸਤ ਦਾ ਜਾਇਜ਼ਾ ਲੇਤਾ ਮੁੱਖ ਕਾਰਜਕਾਰੀ ਅਧਿਕਾਰਿਓਰੇ ਬਾਲਤਲ ਆਧਾਰ ਕੈਂਪ ਤੇ ਬਾਲਤਾਲਾਲੇ ਰਸਤੇ ਆ ਯਾਤਰਾ ਕਰਨਿਆਂ ਲਈ ਸ਼ਰਦਾਲੂਆਂ ਲਈ ਕੀਤੇ ਗਏ ਪ੍ਰਬੰਧਨ ਦੀ ਬਿਉਰੇਵਾਰ ਸਮੀਖਿਆ ਕੀਤੀ ਇਹ ਪ੍ਰਬੰਧਨ ਚ ਸਾਫ ਸਫਾਈ ਸਰਬੰਦੀ ਈਲੇ ਬਿਜਲੀ ਤੇ ਪਾਣੀ ਦੀ ਸਪਲਾਈ ਗੱਡੀਆਂ ਖੜੇਰਨੇ ਲਈ ਪਾਰਕਿੰਗ ਵਾਲੀ ਥਾਰਾਂ ਸੇਵਾ ਪ੍ਰਦਾਨ ਕਰਨ ਵਾਲੇ ਦੇ ਪੰਜੀਕਰਨ ਸਿਹਤ ਸੇਵਾਇਂ ਸ਼ਰਦਾਲੂਏ ਦੇ ਠਹਿਰਨੇ ਲਈ ਆਸਰ ਮੇ ਆੜੇਂਸ਼ਾ ਬਚਾਅ ਵਾਲੇ ਕੰਮ ਤੇ ਉਰਦੂਏ ਬੰਦੋਬਸਤ ਸ਼ਾਮਲ ਨਾ ਪੰਡਾਰਿਓਰੇ ਸ਼ੌਚਾਲੀਆਂ ਵਾਲੀ ਥਾਰਾਂ ਕਾਸ਼ ਸਾਫ ਸਫਾਈ ਯਕੀਨੀ ਬਣਾਉਣੇ ਤੇ ਇਤ ਸਰਬੰਧਾਂ ਚ ਕੀਤੇ ਜਾਣੀ ਵਾਲੇ ਕੰਮੇ ਦੀ ਨਿਗਰਾਨੀ ਲਈ ਨੋਡਲ ਅਫਸਰ ਨਿਯੁਕਤ ਕਰਨੇ ਪਰ ਜ਼ੋਰ ਪਾਇਆ ਸੇਤ ਮਹਿਕਮਤ ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਉਹਨੇ ਜੋਖੀਮਾਲੀ ਥਾਰੇ 'ਤੇ ਆਕਸੀਜਨ ਬੂਥ ਸਥਾਪਿਤ ਕੀਤੇ ਜਾਣ ਦੀ ਜ਼ਰੂਰਤ ਹੈ ਪ੍ਰਭਲ ਦਿੱਤਾ ਅਧਿਕਾਰੀਆਂ ਕੰਨੇ ਗੱਲ ਕਰਦੀ ਹੋਈ ਮੁੱਖ ਕਾਰਜਕਾਰੀ ਅਧਿਕਾਰੀਆਂ ਦੀਆਂ ਅੱਖਾਂ 'ਚ ਸਭ ਨੇ ਮਹਿਕਮੇ ਦੀ ਅਗੇਤਰਿਆ ਗਏ ਬੰਦੋਬਸਤ ਯਕੀਨੀ ਬਣਾਉਣੇ ਲੋੜ ਚਦੇ ਨਾ ਤਾਂ ਜੇ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਗਈ ਬਬਸਥਿਤ ਧਰਮੰਤਾਰੀਆ ਲਟੰਗੇ ਸਿਰ ਕਰਵਾਇਆ ਜਾイ ਸਕੇ ਜੰਮੂ ਦੀ ਡਿਪਟੀ ਕਮਿਸ਼ਨਰ ਅਵਨੀ ਲਵਾਸੌਂਦੀ ਦੀ ਅਧਿxtਤਾ ਚ ਜ਼ਿਲ੍ਹਾ ਇਨ ਨਿਲਾਮੀ ਕਮੇਟੀ ਨੇ ਕੱਲ ਤਵੀ ਚ ਲੇਤਰ ਬਜਰੀ ਕੱਢਣ ਲਈ ਤ੍ਰੈ ਲੌਕੇ ਬਲਾਕੇਂ ਦੀ ਬੋਲੀ ਲਾਣੀ ਦੀ ਪ੍ਰਕਿਰਿਆ ਕੀ ਕਾਮਯਾਬੀ ਕਰਨੇ ਤੋੜਚਾੜੀ ਦਿੱਤਾ ਭੂ ਵਿਗਿਆਨ ਤੇ ਖਾਨੇ ਸਰਬੰਤੀ ਮਹਿਕਮੇ ਨੇ ਜੰਮੂ ਜ਼ਿਲ੍ਹੇ ਚ ਤਵੀ ਤੇ ਇਦੀਆਂ ਸਹਾਇਕ ਨਦੀਆਂ ਦੇ ਇਲਾਕੇ ਚ 32 ਲੌਕੇ ਖਣਿਜ ਬਲਾਕੇਂ ਦੀ ਨਿਸ਼ਾਨਦੇਹੀ ਕੀਤੀ ਹੀ ਜਿੰਤ ਚਾ 7 ਲੌਕੇ ਬਲਾਕੇਂ ਦੀ ਜ਼ਿਲ੍ਹਾ ਜੰਮੂ ਦੀ ਇਕਾਥਾਰ ਉਪਲਬਧ ਸਿੰਗਲ ਵਿੰਡੋ ਵਾਲੀ ਬਵਸਥਾ ਤਹਿਤ ਮਨਜ਼ੂਰੀ ਦਿੱਤੀ ਗਈ ਹੈ ਟਰੰਗ ਬਲਾਕਾਂ ਦੀ ਨਿਲਾਮੀ ਰਾਏ 40 ਕਰੋੜ ਰੁਪਏ ਦਾ ਰਾਜਸਵ ਜਮ੍ਹਾਂ ਹੋਇਆ ਜਿਹੜਾ ਜੰਮੂ ਕਸ਼ਮੀਰ ਚ ਇੱਕ ਰਿਕਾਰਡ ਹੈ ਬਾਕੀ ਸੱਤੇ ਬਲਾਕਾਂ ਰਾਏ ਪ੍ਰਦੇਸ਼ ਦੇ ਸਰਕਾਰੀ ਖਜ਼ਾਨੇ ਚ 55 ਕਰੋੜ ਰੁਪਏ ਦਾ ਰਾਜਸਵ ਜਮ੍ਹਾਂ ਹੋਇਆ ਹੈ ਤਾ ਉਲਿੰਗ ਹੈ ਚਾਰ ਹੋਰ ਲੋਕ ਕੇ ਬਲਾਕਾਂ ਦੀ ਨਿਲਾਮੀ ਵੀ ਇਸ ਰਿਸ਼ਤੇ ਦੇ ਰਾਏਂਗਾ ਕੀਤੀ ਜਾਗ ਲੈਫਟਨੈਂਟ ਗਵਰਨਰ ਮਨੋਜ ਸਿਨਹਾ ਹੋਰੀ ਅਤਰੂ 29 ਮਈ ਕੀ ਅਨੰਤਨਾਗ ਚ ਆਤੰਕਵਾਦੀਆਂ ਪਾਸੇ ਹੱਤਿਆ ਕੀਤੇ ਗਏ ਦੇ ਨੌਜਵਾਨ ਦੀਪੂ ਕੁਮਾਰ ਦੇ ਪਰਿਵਾਰ ਲਈ 5 ਲੱਖ ਰੁਪਏ ਦੀ ਸਿੰਦੀ ਸਹਾਇਤਾ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਜੇ ਪਹਿਲੇ ਵੀ ਖਬਰ ਦਿੱਤੀ ਜਾ ਚੁੱਕੀ ਦੀ ਹੈ ਜੇ ਉਦਮਪੁਰ ਦਾ ਬਸਨੀਕ 26 ਬਰੇ ਦਾ ਦੀਪੂ ਕੁਮਾਰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਜੰਗਲਾਤ ਮੰਡੀ ਇਲਾਕੇ ਚ ਇੱਕ ਸਰਕਸ ਚ ਕੰਮ ਕਰਦਾ ਹੈ ਐਲਜੀ ਹੋਰੀ ਇਹਦੇ ਸ਼ਾ ਪਹਿਲੇ ਕੱਲ ਗਏ ਜੰਮੂ ਦੇ ਚੱਜਰ ਕੋਟਲੀ ਇਲਾਕੇ ਚ ਪੇਸ਼ ਆਏ ਦੇ ਬਾਅਦ ਸਾਥ ਸੇ ਚ ਮਾਰੇ ਗਏ ਦੇ ਲੋਕਾਂ ਦੇ ਪਰਿਵਾਰਾਂ ਲਈ 5-5 ਲੱਖ ਰੁਪਏ ਦੀ ਸਿੰਦੀ ਸਹਾਇਤਾ ਤੇ ਗੰਭੀਰ ਤੌਰ ਉੱਪਰ ਜ਼ਖਮੀਆਂ ਲਈ 50 ਪੜੀ ਕੋਸ਼ਨਾ ਕੀਤੀ ਹੀ ਉਹਨੇ ਜ਼ਿਲ੍ਹਾ ਪ੍ਰਸ਼ਾਸਨ ਕੀ ਜ਼ਖਮੀਆਂ ਦੇ ਇਲਾਜ ਲਈ ਪ੍ਰਵਾਰਾਲਿੰਗ ਕੀ ਅਰਚਾਲੀ ਦੇ ਸਹਿਯੋਗ ਦਾ ਵੀ ਨਿਰਦੇਸ਼ ਦਿੱਤਾ ਤਿਆਖੀਰਜ ਖਾਸ ਖਾਸ ਖਬਰਾਂ ਹੀ ਕੁਰੀ ਪਰਤੀਗੇ उपराज्यपाल हुद्ध सलाहकार आर आर भटनागर हो जमू कश्मीर महिला विकास निगम के दे, दे बोर्ड दी स्ईवी बैठक की अध्यक्षता की आख्या जम्मू कश्मीर दे पूरे पराते विकास की यकीनी बनाने ले, महिलाएं सशक्त बनाना अत लाजमी है प्रदेश कार्यकारी कमेटी ने प्रदेश आपदा राहत कोष चा ठाई करोड़ रप लाट कि क्षमता बदानेलकदमी मंजूरी दी चौदह को लेने तगर भारत के रक्षा निर्यात च त्र गुणा बा दर्ज किया गया है ਸ਼ਿਆਮੰਦਾ ਜੀ ਸ਼ਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਫਸਰੋ ਨੇ ਇਸ ਪਰਿਯਾਤਰਾ ਲਈ ਤਿਆਰੀ ਦੀ ਸਮੀਖਿਆ ਕੀਤੀ ਤੇ ਸੰਸਕ੍ਰਿਤ ਤੇ ਡੋਗਰੀ ਦੀ ਵਿਦਵਾਨ ਪਦਮਸ਼੍ਰੀ ਵੇਦ ਕੁਮਾਰੀ ਗਹਿਯੁੰਦਾ ਕਾਲੂਕਿਆ ਇਹਦੇ ਕੰਨੇਗੇ ਖਬਰਾਂ ਦਾ ਬੁਲੇਟਿਨ ਸਮਾਪਤ ਹੋਆ